ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੂਰੇ ਦੇਸ਼ ਵਿੱਚ ਲੋਕਡਾਊਨ ਚੱਲ ਰਿਹਾ ਹੈ ਤੇ ਲੋਕ ਆਪਣੇ ਘਰਾਂ ਵਿੱਚ ਬੈਠੇ ਨੇ, ਪਰ ਸਾਡੇ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਹੋਰ ਕਈ ਮਹਿਕਮੇ ਸਾਡੇ ਲਈ ਸੜਕਾਂ ਤੇ ਕੰਮ ਕਰ ਰਹੇ ਨੇ। ਪੁਲਿਸ ਮੁਲਾਜ਼ਮਾਂ ਤੇ ਹੋਰ ਸਮਾਜ ਸੇਵਾਦਾਰਾਂ ਵਾਸਤੇ ਗੁਰਾਇਆ ਮੇਨ ਚੌਂਕ 'ਚ ਗੁਰਾਇਆ ਨੋਟਰੀ ਕਲੱਬ ਵੱਲੋਂ ਮਾਸਕ ਤੇ ਸੈਨਾਟਾਈਜ਼ਰ ਦੀਆਂ ਕਿੱਟਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ DSP ਫਲੋਰ ਦਵਿੰਦਰ ਸਿੰਘ ਅਤਰੀ ਤੇ ਗੁਰਾਇਆ ਥਾਣਾ ਮੁਖੀ ਕੇਵਲ ਸਿੰਘ ਵੱਲੋਂ ਪੂਰੀ ਕਲੱਬ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ NR ਬੰਗੜ, ਸੈਕਟਰੀ ਵਿਮਲ ਜੈਨ, ਡਿਸਟ੍ਰਿਕਟ ਸੈਕਟਰੀ ਹਰਜੀਵਨ ਜੈਨ ਤੇ ਹਰਮੇਸ਼ ਚੰਦਰ ਦੇ ਇਲਾਵਾ ਹੋਰ ਮੌਜੂਦ ਸਨ। ਮੈਂ ਹਰਜੀਵਨ ਜੈਨ, ਡਿਸਟ੍ਰਿਕਟ ਸੈਕਟਰੀ ਰੋਟਰੀ ਕਲੱਬ ਗੁਰਾਇਆ। ਅਸੀਂ ਅੱਜ ਗੁਰਾਇਆ ਚੌਂਕ ਦੇ ਵਿੱਚ ਕਰੋਨਾ ਦੀ ਮਹਾਂਮਾਰੀ ਨੂੰ ਫੈਲਦੇ ਦੇਖਦੇ ਹੋਏ ਪੂਰੇ ਪੁਲਿਸ ਮੁਲਾਜ਼ਮਾਂ ਨੂੰ, ਜਿਹੜੇ ਕਿ ਸਾਡੀ ਸੇਵਾ 'ਚ ਲੱਗੇ ਦਿਨ ਰਾਤ ਲੱਗੇ ਹੋਏ ਹਨ, ਅਤੇ ਸਫਾਈ ਕਰਮਚਾਰੀ, ਉਹਨਾਂ ਨੂੰ ਅਸੀਂ ਬਾਅਦ 'ਚ ਵੰਡਾਂਗੇ। ਪੁਲਿਸ ਕਰਮਚਾਰੀਆਂ ਨੂੰ ਅਸੀਂ 400 ਮਾਸਕ, 400 ਸੈਨੇਟਾਈਜ਼ਰ, ਡਿਪਟੀ ਸਾਹਿਬ, SO ਸਾਹਿਬ ਸਾਰੇ ਆਏ ਸੀ। ਅਸੀਂ ਉਹਨਾਂ ਨੇ ਆਪਣੇ ਹੱਥਾਂ ਨਾਲ ਸਾਰੇ ਮੁਲਾਜ਼ਮਾਂ ਨੂੰ ਵੰਡੇ, ਅਤੇ ਹੋਰ ਵੀ ਜਿੰਨੇ ਵੀ ਲੋਕ ਇੱਥੇ ਲੰਘੇ ਉਹਨਾਂ ਨੇ ਪੂਰੀ ਵੰਡੇ ਉਹਨਾਂ ਦੇ। ਅਸੀਂ ਉਮੀਦ ਰੱਖਦੇ ਹਾਂ ਜੇ ਫਿਰ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋੜ ਪਵੇ, ਮਾਸਕ ਦੀ, ਸੈਨੇਟਾਈਜ਼ ਦੀ, ਸਾਡੀ ਰੋਟਰੀ ਕਲੱਬ ਨੂੰ ਮਿਲੇ, ਅਸੀਂ ਉਹਦਾ ਪੂਰੀ ਤਰ੍ਹਾਂ ਮਾਣ ਕਰਾਂਗੇ, ਤੈਅ ਲੱਗਦੀ ਸਮਾਨ ਪਹੁੰਚਾਵਾਂਗੇ। ਥੈਂਕ ਯੂ। ਅੱਜ ਇੱਥੇ ਅਸੀਂ ਗੁਰਾਇਆ ਬੱਸ ਸਟੈਂਡ ਮੇਨ ਚੌਂਕ ਖੜ੍ਹੇ ਹਾਂ, ਅਤੇ ਅੱਜ ਦੇਖੋ ਜੋ ਇਹ ਮਹਾਂਮਾਰੀ ਜਿਹੜੀ ਬਿਮਾਰੀ ਆ ਕਰੋਨਾ ਦੀ ਨਾਮਰਾਜ, ਉਹਦੇ ਵਿੱਚ ਚਲੋ ਅਸੀਂ ਡਿਊਟੀ ਤਾਂ ਕਰ ਰਹੇ ਹਾਂ, ਪਰ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਦੇਖੋ ਜੋ ਸਾਡੇ NGO ਨੇ, ਖਾਸ ਕਰਕੇ ਰੋਟਰੀ ਕਲੱਬ ਗੁਰਾਇਆ, ਜੈਨ ਸਾਹਿਬ ਨੇ, ਬੰਗੜ ਸਾਹਿਬ ਨੇ, ਇਹਨਾਂ ਦੇ ਅਹੁਦੇਦਾਰ ਨੇ, ਉਹਨਾਂ ਨੇ ਅੱਜ ਦੇਖੋ ਪੁਲਿਸ ਵਾਸਤੇ ਤਕਰੀਬਨ 400 ਦੇ ਕਰੀਬ ਸੈਨੇਟਾਈਜ਼ਰ ਅਤੇ 400 ਦੇ ਕਰੀਬ ਮਾਸਕ ਜਿਹੜੇ ਆ ਉਹ ਡਿਸਟ੍ਰੀਬਿਊਟ ਕੀਤੇ ਆ। ਅਤੇ ਸਾਨੂੰ ਵੀ ਦੇਖੋ ਇਹ ਇੱਕ ਮੋਰਲ ਸਪੋਰਟ ਮਿਲਦੀ ਆ ਵੀ ਅਸੀਂ ਜੋ 24 ਘੰਟੇ ਡਿਊਟੀ ਕਰਦੇ ਹਾਂ ਤਾਂ ਸਾਡਾ ਪਬਲਿਕ, ਅਸੀਂ ਪਬਲਿਕ ਵਾਸਤੇ, ਪਬਲਿਕ ਵੀ ਦੇਖੋ ਸਾਡਾ ਕਿੰਨਾ ਕਰਦੀ ਆ ਕੇ, ਇਹਨਾਂ ਸਪੈਸ਼ਲੀ ਇਕੱਲੇ ਨੂੰ ਸਾਡੇ ਮੁਲਾਜ਼ਮ ਕੋਲ ਆਏ ਨੇ, ਅਤੇ ਉਹਨਾਂ ਨੂੰ ਜਿਹੜੇ ਮਾਸਕ ਅਤੇ ਸੈਨੇਟਾਈਜ਼ਰ ਡਿਸਟ੍ਰੀਬਿਊਟ ਕੀਤੇ ਆ। ਅਤੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਬਤੌਰ DSP ਕਿ ਪਬਲਿਕ ਆਪਣੇ ਆਪਣੇ ਘਰ ਰਹੇ। ਦੇਖੋ ਹੁਣ ਆਪਣਾ ਕਿੰਨਾ ਚਿਰ ਹੋ ਗਿਆ, ਆਪਾਂ ਫਿਰ ਵੀ ਕੰਟਰੋਲ ਕੀਤਾ ਹੋਇਆ, ਪਰ ਜਿਹੜੇ ਫਿਰ ਵੀ ਘਰੋਂ ਬਾਹਰ ਨਿਕਲਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹ ਆਪਣੇ ਘਰ ਹਾਜ਼ਰ ਰਹਿਣ, ਕਿਉਂਕਿ ਇਹ ਕਨੈਕਟ ਦਾ ਹੀ ਤੁਹਾਨੂੰ ਪਤਾ ਹੈਗਾ, ਜੋ ਜਿੰਨਾ ਰਸ਼ ਕਰਾਂਗੇ, ਜਿੰਨਾ ਅਸੀਂ ਕਿਸੇ ਨੂੰ ਮਿਲਾਂਗੇ ਉਹ ਬਿਮਾਰੀ ਵੱਧਦੀ ਆ। ਅਤੇ ਆਪਣੇ ਘਰ ਰਹੋ, ਕਿਸੇ ਨੂੰ ਵੀ ਕੋਈ ਪ੍ਰੋਬਲਮ ਆ, ਕਿਉਂਕਿ ਤੁਹਾਡੇ ਸਾਰੇ ਪ੍ਰੈਸ ਦੇ ਸਹਿਯੋਗ ਨਾਲ, ਵੱਖ ਵੱਖ NGO ਦੇ ਸਹਿਯੋਗ ਨਾਲ ਸਾਡੇ SHO ਸਾਹਿਬ ਖੜ੍ਹੇ ਨੇ, ਜਿਹੜੇ ਰੋਜ਼ ਤਕਰੀਬਨ ਤੁਹਾਨੂੰ ਪਤਾ ਤੁਸੀਂ ਦੇਖਦੇ ਹੋ 3 ਤੋਂ 4 ਹਜ਼ਾਰ ਬੰਦੇ ਨੂੰ ਜਿਹੜਾ ਨੀਡੀ ਆ ਉਹਨੂੰ ਅਸੀਂ ਖਾਣਾ ਪ੍ਰੋਵਾਈਡ ਕਰਦੇ ਹਾਂ, ਮੈਡੀਕਲ ਕਿਸੇ ਨੂੰ ਦਵਾਈਆਂ ਵੀ ਦਿੰਦੇ ਹਾਂ, ਕਿਸੇ ਨੂੰ ਮਾਸਕ ਜਾਂ ਉਹ ਵੀ ਦਿੰਦੇ ਹਾਂ, ਬਿਨਾਂ ਮਤਲਬ ਦਾ ਮਤਲਬ ਬਾਹਰ ਨਾ ਆਓ, ਤਾਂ ਜੋ ਆਪਾਂ ਇਹ ਜਿਹੜੀ ਨਾਮਰਾਦ ਬਿਮਾਰੀ ਆ ਇਹ 'ਤੇ ਕੰਟਰੋਲ ਪਾਈਏ। ਮੈਂ ਫਿਰ ਦੁਬਾਰਾ ਜੈਨ ਸਾਹਿਬ ਹੋਰੀ, ਬੰਗੜ ਸਾਹਿਬ ਹੋਰੀ, ਜਿਹੜੇ ਰੋਟਰੀ ਕਲੱਬ ਗੁਰਾਇਆ ਵੱਲੋਂ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਤੋ ਜੋ ਇਹਨਾਂ ਨੇ ਸਾਡੇ ਬਾਰੇ ਸੋਚਿਆ, ਕਿਉਂਕਿ ਦੇਖੋ ਨੋ ਡਾਊਟ ਸਾਡੇ ਮੁਲਾਜ਼ਮ 24 ਘੰਟੇ ਬਾਹਰ ਖੜ੍ਹਦੇ ਆ, ਡਿਊਟੀ ਕਰਦੇ ਆ, ਅਤੇ ਉਹਨਾਂ ਦੀ ਇਹਨਾਂ ਨੇ ਰੱਖਿਆ ਵਾਸਤੇ, ਉਹਨਾਂ ਦੀ ਸਿਹਤ ਵਾਸਤੇ ਜੋ ਇਹਨਾਂ ਨੇ ਧਿਆਨ ਦਿੱਤਾ, ਮੈਂ ਨਵਜੋਤ ਸਿੰਘ ਮਾਹਲ, SAP ਸਾਹਿਬ ਕਪੂਰਥਲਾ ਜਲੰਧਰ ਵੱਲੋਂ ਅਤੇ ਆਪਣੇ ਵੱਲੋਂ SHO ਸਾਹਿਬ ਵੱਲੋਂ ਇਹਨਾਂ ਦਾ ਦਿਲੋਂ ਜਿਹੜਾ ਧੰਨਵਾਦ ਕਰਦਾ। ਜੈ ਹਿੰਦ।